धन नानक तेरी वड़ी कमाई, धन नानक तेरी वड़ी कमाई, वड़ी कमाई तेरी वड़ी कमाई, वड़ी कमाई तेरी वड़ी कमाई, धन नानक जी दर्शन कर रहे हो धन धन गुरु नानक साहब जी दी अते धन धन साहब श्री गुरु हरगोबिंद साहब जी दे चरण छो प्राप्त इतिहासक पावन स्थान गुरुद्वारा श्री नानक मत्ता साहब। इतिहासिक स्रोत दसते हैं कि धन गुरु नानक साहब पिता जी महाराज आपनी तीसरी उदासी वेले सन 1514 ईस्वी के इस पावन अस्थान ते आए सन। उस वेले ये अस्थान गुरख मत्ते दे नाम नाल प्रसिद्ध सी क्योंकि इत्थे सिद्धां दा वासा सी, सिद्ध पुरश इसे रहिंदे सन ते इस सारे इलाके विच सिद्धां दा ही दबदबा सी। धन गुरु नानक साहब सारी लोकाई नूं तारदे होए जदों इस पावन धरती ते पहुँचे तां सिद्ध पुरशां ने गुरु नानक साहब जी दे नाल बड़े इत्थे गौतक होए। गुरु नानक साहब जी ने सिद्ध पुरशां नूं सच ते चलन दा अते हिरदे अंदर वाहिगुरु दा नाम धारण दा उपदेश दिता, जिस नूं जदों सिद्धां दे नाल पहला कबूल उन्हां ने नहीं किया पर जैसे जैसे वह गुरु नानक साहब की प्रीख्या लेंदे रहे त्यों त्यों एक एक करके सारे ही सिद्ध गुरु नानक साहब के चरणों अगे चुकते गए। सिद्ध पुरश गुरु नानक साहब के कोल आए तो आखन लगे कि यह धरती गोरख की धरती है तो आप जी इस धरती से क्यों आए हो? तो गुरु नानक साहब ने आख्या कि नहीं, सगली धरती साध की ये सारी धरती परमेश्वर की धरती है। पर सिद्ध पुरखा ने गुरु नानक साहब जी ने आख्या कि अगर आप जी ने यकीन नहीं होता तो आप जी इस धरती को ही पूछ लवो कि ये किस की धरती है। सिद्ध पुरशां ने कि कौतक किया होया सी कि उन्होंने एक टोया पुट के उस दे विच बच्चा एक नपिया होया ही जिसनों अजकल भोरा साहब आखते हैं, तो वह जदों सिद्ध पुरश पुछते सन कि यह किस की धरती है तो वह बच्चा अगों आखदा सी गोरख मत्ता। दो वेरा सिद्ध पुरशां ने पुछया, दोनों वेरा धरती तो आवाज आई, उस टोए चो आवाज़ आई गोरख मत्ता गोरख मत्ता। तीसरी मेरा गुरु नानक साहब ने आख्या कि हुण तुसीं नहीं हुण असीं पुछदे हाँ कि इह किस दी धरती है। ऐसा कौतक वापरिया कि वह बच्चा जिहड़ा सी वह उस भोरे दे अंदर उस टोए दे अंदर प्राण त्याग गया। तो जदों गुरु नानक साहब ने पुछया कि हाँ धरती है दस तूं किस दी धरती है, तो आखदे ने तीसरी मेरा उस धरती दे विच्चों तीन वार आवाज़ आई नानक मत्ता नानक मत्ता नानक मत्ता। धन नानक तेरी।
ਇੱਕ ਸਥਾਨ ਧੂਣਾ ਸਾਹਿਬ ਵੀ ਹੈ ਜੋ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਹੀ ਬਣਿਆ ਹੋਇਆ ਹੈ। ਆਖਦੇ ਨੇ ਸਰਦੀਆਂ ਦੇ ਦਿਨ ਸਨ ਤਾਂ ਗੁਰੂ ਨਾਨਕ ਸਾਹਿਬ ਨੇ ਭਾਈ ਬਾਲਾ ਜੀ ਨੂੰ ਅੱਗ ਲਿਆਉਣ ਵਾਸਤੇ ਭੇਜਿਆ। ਭਾਈ ਬਾਲਾ ਜੀ ਅੱਗ ਲੈ ਕੇ ਆ ਰਹੇ ਸਨ ਅਤੇ ਸ਼ਿਦਾ ਨੇ ਈਰਖਾਵਾਸ ਭਾਈ ਬਾਲਾ ਜੀ ਦੇ ਕੋਲੋਂ ਅੱਗ ਖੋਹ ਲਈ ਅਤੇ ਭਾਈ ਬਾਲਾ ਜੀ ਖਾਲੀ ਹੱਥ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਆ ਗਏ। ਗੁਰੂ ਨਾਨਕ ਸਾਹਿਬ ਨੂੰ ਸਾਰਾ ਬਿਰਤਾਂਤ ਦੱਸਿਆ ਤਾਂ ਗੁਰੂ ਨਾਨਕ ਸਾਹਿਬ ਭਾਈ ਬਾਲਾ ਜੀ ਨੂੰ ਆਖਦੇ ਕਿ ਆਪਣੇ ਕੱਪੜੇ ਝਾੜੋ। ਕੱਪੜੇ ਝਾੜੇ ਤਾਂ ਕਹਿੰਦੇ ਉਸੇ ਵਿੱਚੋਂ ਹੀ ਅੱਗ ਵਾਸਤੇ ਈਧਨ ਨਿਕਲ ਆਇਆ। ਉਸ ਈਧਨ ਨੂੰ ਵਰਤ ਕੇ ਭਾਈ ਬਾਲਾ ਜੀ ਨੇ ਅੱਗ ਬਾਲੀ। ਜਦੋਂ ਇਹ ਅੱਗ ਵੇਖੀ ਤਾਂ ਸ਼ਿਦਾ ਨੇ ਬੜੀ ਈਰਖਾ ਕੀਤੀ ਕਿ ਅੱਗ ਤਾਂ ਕਿਤੇ ਹੈ ਨਹੀਂ ਸੀ, ਇਹਨਾਂ ਕੋਲ ਅੱਗ ਕਿਸ ਤਰ੍ਹਾਂ ਆ ਗਈ। ਉਹਨਾਂ ਨੇ ਆਪਣੀਆਂ ਰਹਿੰਦੀਆਂ ਸ਼ਿਦੀਆਂ ਦੇ ਨਾਲ ਬੜਾ ਚੱਖੜ ਹਨੇਰ ਚਲਾਇਆ ਜਿਸ ਨਾਲ ਸਾਰੀ ਅੱਗ ਜਿਹੜੀ ਸੀ ਉਹ ਬੁੱਝ ਗਈ। ਸ਼ਿਦਾ ਦੀ ਆਪਣੀ ਅੱਗ ਵੀ ਬੁੱਝ ਗਈ ਪਰ ਗੁਰੂ ਨਾਨਕ ਸਾਹਿਬ ਦਾ ਬਾਲਿਆ ਹੋਇਆ ਧੂਣਾ ਉਵੇਂ ਹੀ ਬਲਦਾ ਰਿਹਾ। ਅਗਲੇ ਦਿਨ ਜਦੋਂ ਸ਼ਿਦਾ ਨੂੰ ਅੱਗ ਦੀ ਲੋੜ ਪਈ ਤਾਂ ਗੋਰਖ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਇਹ ਹੁਣ ਅੱਗ ਕਿਤੋਂ ਨਹੀਂ ਲੱਭਣੀ, ਹੁਣ ਤੁਸੀਂ ਗੁਰੂ ਨਾਨਕ ਸਾਹਿਬ ਦੇ ਕੋਲ ਹੀ ਜਾਓ। ਜਦੋਂ ਸ਼ਿਦਪੁਰਖ ਗੁਰੂ ਨਾਨਕ ਸਾਹਿਬ ਦੇ ਕੋਲ ਅੱਗ ਲੈਣ ਵਾਸਤੇ ਆਏ, ਭਰਥਰੀ ਨੂੰ ਭੇਜਿਆ, ਭਰਥਰੀ ਅੱਗ ਲੈਣ ਵਾਸਤੇ ਆਇਆ ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਜਾ ਕੇ ਆਪਣੇ ਗੁਰੂ ਗੋਰਖ ਨੂੰ ਆਖੋ ਕਿ ਉਹ ਆਪਣੇ ਕੰਨ ਦੀਆਂ ਮੁੰਦਰਾਂ ਅਤੇ ਪੈਰ ਦੀਆਂ ਖੜਾਵਾਂ ਪਹਿਲਾਂ ਸਾਨੂੰ ਲਿਆ ਕੇ ਦੇਵੇ ਅਤੇ ਫਿਰ ਅਸੀਂ ਅੱਗ ਦੇਵਾਂਗੇ। ਗੋਰਖ ਨੂੰ ਮਜਬੂਰਨ ਇਹ ਜਿਹੜਾ ਕੌਤਕ ਸੀ ਕਰਨਾ ਪਿਆ। ਉਸੇ ਤਰ੍ਹਾਂ ਉਸਨੇ ਆਪਣੇ ਕੰਨ ਦੀਆਂ ਮੁੰਦਰਾਂ ਅਤੇ ਪੈਰਾਂ ਦੀਆਂ ਖੜਾਵਾਂ ਭਰਥਰੀ ਨੂੰ ਦੇ ਕੇ ਭੇਜਿਆ। ਇਸ 'ਤੇ ਗੋਰਖ ਨੇ ਆਪਣੇ ਆਪ ਨੂੰ ਬੜਾ ਸ਼ਕਤੀਹੀਨ ਮੰਨਿਆ ਅਤੇ ਬੜਾ ਉਸਨੂੰ ਆਪਣੇ ਆਪ ਵਿੱਚ ਜਿਹੜਾ ਲੱਜਾ ਮਹਿਸੂਸ ਹੋਈ। ਜਿਸ ਵੇਲੇ ਆਖਦੇ ਨੇ ਸ਼ਿਦਾ ਨੇ ਬੜਾ ਹਨੇਰਖਾਨਾ ਚਲਾ ਦਿੱਤਾ ਆਪਣੀਆਂ ਸ਼ਕਤੀਆਂ ਦੇ ਨਾਲ, ਇਤਨੀ ਹਨੇਰੀ ਕਹਿੰਦੇ ਆਖਦੇ ਨੇ ਚੱਲੀ ਕਿ ਜਿਸ ਅਸਥਾਨ 'ਤੇ ਗੁਰੂ ਨਾਨਕ ਸਾਹਿਬ ਜੀ ਬੈਠੇ ਹੋਏ ਸਨ ਉੱਥੇ ਇੱਕ ਪਿੱਪਲ ਸੀ। ਉਸ ਪਿੱਪਲ ਦੇ ਹੇਠਾਂ ਗੁਰੂ ਸਾਹਿਬ ਜੀ ਬਿਰਾਜਮਾਨ ਸਨ। ਉਸ ਹਨੇਰੀ ਦੇ ਪ੍ਰਭਾਵ ਹੇਠ ਉਸ ਦੀ ਸ਼ਕਤੀ ਦੇ ਨਾਲ ਉਹ ਪਿੱਪਲ ਵੀ ਹਵਾ ਦੇ ਵਿੱਚ ਉੱਡਣ ਲੱਗ ਪਿਆ। ਜਦ ਗੁਰੂ ਨਾਨਕ ਸਾਹਿਬ ਨੇ ਉਸ ਪਾਸੇ ਦੇਖਿਆ ਤਾਂ ਉਸਨੂੰ ਬਚਨ ਕੀਤਾ ਕਿ ਸਥਿਰ ਹੋ ਜਾ। ਆਖਦੇ ਨੇ ਉਹ ਪਿੱਪਲ ਜਿਹੜਾ ਵਾ ਉਹ ਹਵਾ ਦੇ ਵਿੱਚ ਉੱਥੇ ਹੀ ਰੁਕ ਗਿਆ ਜੋ ਧਰਤੀ ਤੋਂ ਤਕਰੀਬਨ 5-7 ਫੁੱਟ ਉੱਚਾ ਸੀ। ਉਹ ਉੱਥੇ ਹੀ ਰੁਕ ਗਿਆ। ਸਿੱਧਾ ਪੁਰਸ਼ਾਂ ਨੇ ਬੜੀਆਂ ਸ਼ਕਤੀਆਂ ਵਰਤੀਆਂ ਪਰ ਪਿੱਪਲ ਸਥਿਰ ਹੋ ਗਿਆ। ਇਸੇ ਅਸਥਾਨ 'ਤੇ ਗੁਰਦੁਆਰਾ ਪਿੱਪਲ ਸਾਹਿਬ ਵੀ ਬਣਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਦੇ ਬਾਅਦ ਦੇ ਵਿੱਚ ਜਦੋਂ ਬਾਬਾ ਅਲਮਸਤ ਜੀ ਇਸ ਅਸਥਾਨ ਦੀ ਸੇਵਾ ਕਰ ਰਹੇ ਸਨ ਤਾਂ ਉਸ ਵੇਲੇ 6ਵੇਂ ਪਾਤਸ਼ਾਹ ਗੁਰਗੱਦੀ 'ਤੇ ਬਿਰਾਜਮਾਨ ਸਨ। ਉਸ ਵੇਲੇ ਦੇ ਸਿੱਧ ਪੁਰਖਾਂ ਨੇ ਇਸ ਪਿੱਪਲ ਨੂੰ ਅੱਗ ਨਾਲ ਛਾੜ ਦਿੱਤਾ ਅਤੇ ਜਦੋਂ ਅੱਗ ਨਾਲ ਛਾੜਿਆ ਤਾਂ ਬਾਬਾ ਅਲਮਸਤ ਜੀ ਨੂੰ ਵੀ ਕੁੱਟ ਕੇ ਉੱਥੋਂ ਕੱਢ ਦਿੱਤਾ। 6ਵੇਂ ਪਾਤਸ਼ਾਹ ਇਸ ਅਸਥਾਨ 'ਤੇ ਆਏ, ਉਹਨਾਂ ਨੇ ਫਿਰ ਇਸ ਪਿੱਪਲ ਉੱਤੇ ਕੇਸਰ ਦੇ ਛਿੱਟੇ ਮਾਰੇ ਤਾਂ ਇਹ ਪਿੱਪਲ ਮੁੜ ਹਰਾ ਹੋ ਗਿਆ। ਇਸ ਪਿੱਪਲ ਦੇ ਬਾਰੇ ਇੱਕ ਇਹ ਇਤਿਹਾਸ ਵੀ ਦੱਸਦੇ ਹਨ ਕਿ ਇਹ ਬੜਾ ਸੁੱਕਾ ਹੋਇਆ ਪਿੱਪਲ ਸੀ ਪਰ ਜਿਸ ਵੇਲੇ ਗੁਰੂ ਨਾਨਕ ਸਾਹਿਬ ਇਸ ਦੇ ਹੇਠਾਂ ਆ ਕੇ ਬਿਰਾਜਮਾਨ ਹੋਏ ਸਨ ਤਾਂ ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਪ੍ਰਾਪਤ ਕਰਕੇ ਇਹ ਪਿੱਪਲ ਪਹਿਲਾਂ ਵੀ ਸੁੱਕੇ ਤੋਂ ਹਰਾ ਹੋਇਆ ਸੀ। ਅੱਜ ਦੂਸਰਾ ਵੇਰਾ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਸੁੱਕੇ ਪਿੱਪਲ ਨੂੰ ਜਿਸ ਨੂੰ ਸਿੱਧਾ ਨੇ ਈਰਖਾ ਵਾਸ ਛਾੜ ਦਿੱਤਾ ਸੀ ਉਹ ਹਰਾ ਕੀਤਾ। ਗੁਰੂ ਨਾਨਕ ਸਾਹਿਬ ਦੇ ਇਹ ਸਾਰੇ ਕੌਤਕ ਵੇਖ ਕੇ ਮੰਗਲ ਨਾਥ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਆਇਆ ਅਤੇ ਕਹਿਣ ਲੱਗਾ, ਹੇ ਪਾਤਸ਼ਾਹ, ਅਸੀਂ ਮਨਮੁੱਖ ਤੁਹਾਡੀ ਮਹਿਮਾ ਨਹੀਂ ਜਾਣਦੇ, ਅਸੀਂ ਆਪਣੇ ਅਹੰਕਾਰ ਵਿੱਚ ਹੀ ਘੁਮੰਡ ਕਰਦੇ ਹਾਂ। ਗੁਰੂ ਨਾਨਕ ਸਾਹਿਬ ਆਖਣ ਲੱਗੇ, ਹੇ ਮੰਗਲ ਨਾਥ, ਤੁਸੀਂ ਇਸ ਤਰ੍ਹਾਂ ਸੁਣੋ ਕਿ ਨਾਮ ਤੋਂ ਬਗੈਰ ਕਿਸੇ ਤਰ੍ਹਾਂ ਦੀ ਵੀ ਗਤੀ ਨਹੀਂ ਹੁੰਦੀ। ਨਾਮਹੀਨ ਮਨੁੱਖ ਸਿੱਧੇ ਨਰਕਾਂ ਨੂੰ ਜਾਂਦੇ ਹਨ, ਇਸ ਲਈ ਨਾਮ ਦੇ ਨਾਲ ਜੁੜੋ, ਭੇਖ ਦੇ ਨਾਲ ਨਾ ਜੁੜੋ।
ਇਹ ਸੁਣ ਕੇ ਭੰਗਰ ਨਾਥ ਬੋਲਿਆ, ਯੋਗ ਗਿਆਨ ਬਗੈਰ ਮੁਕਤੀ ਨਹੀਂ ਹੋ ਸਕਦੀ। ਤੁਸੀਂ ਕਿਸ ਤਰ੍ਹਾਂ ਕੈਸਾ ਨਾਮ ਦੱਸਦੇ ਹੋ? ਤੁਸੀਂ ਮਨ ਵਿੱਚ ਸਾਡਾ ਮਤ ਕਿਉਂ ਨਹੀਂ ਮੰਨਦੇ? ਗੁਰੂ ਜੀ ਨੇ ਕਿਹਾ, ਮਨ ਵਿੱਚ ਜਦ ਨਾਮ ਸਥਿਤ ਹੋ ਜਾਂਦਾ ਹੈ ਤਾਂ ਈਸ਼ਵਰ ਦੀ ਕਿਰਪਾ ਨਾਲ ਉਸੇ ਸਮੇਂ ਹਿਰਦੇ ਵਿੱਚ ਗਿਆਨ ਵੀ ਹੋ ਜਾਂਦਾ ਹੈ। ਨਾਮ ਬਗੈਰ ਯੋਗ ਨਹੀਂ ਹੋ ਸਕਦਾ, ਤੁਸੀਂ ਹਿਰਦੇ ਵਿੱਚ ਇਹ ਵਿਚਾਰ ਕੇ ਦੇਖ ਲਵੋ। ਇਸ 'ਤੇ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦਾਂ ਦੇ ਪਰਥਾਏ ਰਾਮਕਲੀ ਮਹੱਲਾ ਪਹਿਲਾ ਦੇ ਵਿੱਚ ਸ਼ਬਦ ਵੀ ਉਚਾਰਨ ਕੀਤਾ, ਜਗ ਪ੍ਰਬੋਧੈ ਮੜੀ ਵਧਾਵੈ ਆਸਣ ਤਿਆ ਕਾਹੇ ਸੱਚ ਪਾਵੈ, ਮਮਤਾ ਮੋਹ ਕਾਮਨ ਹਿਤਕਾਰੀ ਨਾ ਅਧੋਤੀ ਨਾ ਸੰਸਾਰੀ, ਯੋਗੀ ਬੈਸ ਰਹੋ ਦੁਬਦਾ ਦੁੱਖ ਭਾਗੈ, ਘਰ ਘਰ ਮੰਗਤ ਲਾਜ ਨਾ ਲਾਗੈ ਰਹਾਓ, ਗਾਵੈ ਗੀਤ ਨ ਚੀਨੈ ਆਪ, ਕਿਉਂ ਲਾਗੀ ਨਿਵਰੈ ਪ੍ਰਤਾਪ, ਗੁਰ ਕੈ ਸ਼ਬਦ ਰਚੈ ਮਨ ਭਾਏ, ਭਿਖਿਆ ਸਹਿਜ ਵਿਚਾਰੀ ਖਾਏ, ਭਸਮ ਚੜਾਏ ਕਰੈ ਪਖੰਡ, ਮਾਇਆ ਮੋਸ ਹੈ ਜਮ ਡੰਡ, ਫੂਟੈ ਖਾਪਰ ਭੀਖ ਨ ਪਾਏ, ਬੰਧਨ ਬਾਧਿਆ ਆਵੈ ਜਾਏ, ਬਿੰਦ ਨ ਰਾਖੈ ਜਤੀ ਕਹਾਵੈ, ਮਾਈ ਮੰਗਤ ਤ੍ਰੈ ਲੋਭ ਆਵੈ, ਨਿਰਦਯਾ ਨਹੀਂ ਜੋਤ ਪੁਜਾਲਾ, ਬੂਢਤ ਬੂਢੇ ਸਰਵ ਜੰਜਾਲਾ, ਐ ਸ਼ਬਦ ਪੁਰਖੋ। ਪਖੰਡ ਧਾਰਨ ਕਰਕੇ ਤੁਸੀਂ ਜੱਗ ਨੂੰ ਵਿਖਾਉਂਦੇ ਹੋ, ਲੋਕਾਂ ਵਿੱਚ ਆਪਣੇ ਮਾਨ ਨੂੰ ਵਧਾਉਂਦੇ ਹੋ, ਝੂਠਾ ਭੇਖ ਧਾਰਨ ਕਰਦੇ ਹੋ ਅਤੇ ਹਿਰਦੇ ਵਿੱਚ ਨਾਮ ਦੀ ਕਮਾਈ ਨਹੀਂ ਕਰਦੇ। ਨਾਮ ਜਪਣ ਤੋਂ ਬਗੈਰ ਤੁਸੀਂ ਸੱਚ ਨੂੰ ਕਦੇ ਵੀ ਪਹੁੰਚ ਨਹੀਂ ਸਕਦੇ। ਗੁਰਦੁਆਰਾ ਦੁੱਧ ਵਾਲਾ ਖੂਹ ਵੀ ਮੌਜੂਦ ਹੈ। ਇਸ ਪਾਵਨ ਸਥਾਨ ਦਾ ਇਤਿਹਾਸ ਇਉਂ ਦੱਸਦੇ ਹਨ ਕਿ ਭਾਈ ਮਰਦਾਨਾ ਜੀ ਨੂੰ ਜਦੋਂ ਭੁੱਖ ਲੱਗੀ ਤਾਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਦੁੱਧ ਪੀਣ ਦੀ ਇੱਛਾ ਪ੍ਰਗਟ ਕੀਤੀ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਕਿ ਅਸੀਂ ਸਿੱਧਾਂ ਦੇ ਮਹਿਮਾਨ ਹਾਂ, ਸਿੱਧ ਪੁਰਖਾਂ ਦੇ ਸ਼ਹਿਰ ਵਿੱਚ ਆਏ ਹਾਂ ਅਤੇ ਤੁਸੀਂ ਸਿੱਧ ਪੁਰਖਾਂ ਨੂੰ ਬੇਨਤੀ ਕਰੋ ਕਿ ਉਹ ਸਾਡੇ ਵਾਸਤੇ ਦੁੱਧ ਦਾ ਪ੍ਰਬੰਧ ਕਰਨ। ਭਾਈ ਮਰਦਾਨਾ ਜੀ ਜਦੋਂ ਸਿੱਧ ਪੁਰਖਾਂ ਦੇ ਕੋਲ ਗਏ, ਉਹਨਾਂ ਨੂੰ ਦੁੱਧ ਵਾਸਤੇ ਬੇਨਤੀ ਕੀਤੀ ਤਾਂ ਸਿੱਧ ਪੁਰਖ ਅਹੰਕਾਰ ਦੇ ਵਿੱਚ ਆਖਣ ਲੱਗੇ ਕਿ ਤੁਹਾਡਾ ਗੁਰੂ ਜੇ ਇਤਨਾ ਸਮਰੱਥਾਵਾਨ ਹੈ ਤਾਂ ਕੀ ਉਹ ਤੁਹਾਨੂੰ ਦੁੱਧ ਨਹੀਂ ਪਿਆ ਸਕਦਾ? ਇਹ ਬਚਨ ਸੁਣ ਕੇ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਏ ਅਤੇ ਸਾਰਾ ਬਿਰਤਾਂਤ ਗੱਲਬਾਤ ਗੁਰੂ ਨਾਨਕ ਸਾਹਿਬ ਜੀ ਨੂੰ ਦੱਸੀ ਤਾਂ ਗੁਰੂ ਜੀ ਆਖਣ ਲੱਗੇ, ਭਾਈ ਮਰਦਾਨਾ ਇਹ ਲੋਟਾ ਫੜ ਅਤੇ ਆਹ ਜਿਹੜਾ ਦੁੱਧ ਖੂਹ ਹੈ ਇਹਦੇ ਵਿੱਚੋਂ ਭਰ ਕੇ ਦੁੱਧ ਦਾ ਕੱਢ ਲੈ। ਆਖਦੇ ਹਨ ਐਸ਼ਾ ਕੌਤਕ ਵਰਕਿਆ ਕਿ ਉਸ ਲੋਟੇ ਦੇ ਨਾਲ ਭਾਈ ਮਰਦਾਨਾ ਜੀ ਨੇ ਖੂਹ ਵਿੱਚੋਂ ਦੁੱਧ ਕੱਢਿਆ, ਆਪ ਵੀ ਛਕਿਆ ਅਤੇ ਗੁਰੂ ਨਾਨਕ ਸਾਹਿਬ ਦੇ ਬਚਨ ਕਰਨ 'ਤੇ ਉੱਥੇ ਮੌਜੂਦ ਸਾਰੇ ਸਿੱਧਾਂ ਨੂੰ ਉਹ ਦੁੱਧ ਛਕਾਇਆ। ਤੇਰੀ ਵੱਡੀ ਕਮਾਈ, ਤਨ ਨਾਨਕ ਤੇਰੀ
ਗੁਰਦੁਆਰਾ ਨਾਨਕ ਮੱਤਾ ਸਾਹਿਬ ਦੇ ਨਜ਼ਦੀਕ ਹੀ ਤਕਰੀਬਨ ਅੱਧਾ ਕਿਲੋਮੀਟਰ ਦੀ ਦੂਰੀ 'ਤੇ ਨਾਨਕ ਸਾਗਰ ਲੇਕ ਮੌਜੂਦ ਹੈ। ਇਸ ਝੀਲ ਦਾ ਇਤਿਹਾਸ ਇਉਂ ਦੱਸਦੇ ਹਨ ਕਿ ਜਦੋਂ ਸਿੱਧ ਪੁਰਖਾਂ ਲਈ ਅਨੇਕਾਂ ਚਲਾਕੀਆਂ ਅਨੇਕਾਂ ਸ਼ਕਤੀਆਂ ਸਾਰੀਆਂ ਹੀ ਗੁਰੂ ਸਾਹਿਬ ਜੀ ਦੇ ਅੱਗੇ ਫੇਲ ਹੋ ਗਈਆਂ ਤਾਂ ਸਿੱਧ ਪੁਰਖ ਗੁਰੂ ਨਾਨਕ ਸਾਹਿਬ ਦੇ ਕੋਲ ਆਏ ਅਤੇ ਆਖਣ ਲੱਗੇ ਕਿ ਗੁਰੂ ਨਾਨਕ ਸਾਹਿਬ ਜੀ ਪੂਰਬੀ ਦੇ ਦਿਨ ਨਜ਼ਦੀਕ ਆ ਰਹੇ ਹਨ ਅਤੇ ਸਾਡੀ ਬੇਨਤੀ ਹੈ ਕਿ ਸਾਨੂੰ ਗੰਗਾ ਦੇ ਵਿੱਚ ਇਸ਼ਨਾਨ ਕਰਵਾਓ। ਇਹ ਵੀ ਸਿੱਧਾਂ ਦੀ ਇੱਕ ਗੁਰੂ ਨਾਨਕ ਨੂੰ ਪਰਖਣ ਦੀ ਹੋਰ ਚਲਾਕੀ ਹੀ ਸੀ। ਜਦੋਂ ਐਸਾ ਵਚਨ ਸਿੱਧਾਂ ਨੇ ਕੀਤਾ ਤਾਂ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਨੂੰ ਇੱਕ ਫੌੜੀ ਦੇ ਕੇ ਭਾਵ ਇੱਕ ਛੜੀ ਦੇ ਕੇ ਇੱਕ ਸੋਟੀ ਦੇ ਕੇ ਔਰ ਪਹਾੜਾਂ ਦੇ ਵੱਲ ਭੇਜਿਆ ਅਤੇ ਮਰਦਾਨੇ ਨੂੰ ਕਿਹਾ ਕਿ ਜਾ ਮਰਦਾਨਿਆਂ ਪਹਾੜਾਂ ਦੇ ਵਿੱਚ ਚਲਾ ਜਾ ਅਤੇ ਇਸ ਸੋਟੀ ਦੇ ਨਾਲ ਗੰਗਾ ਦਰਿਆ ਨੂੰ ਇੱਥੇ ਖਿੱਚ ਲਿਆ। ਨਾਲ ਹੀ ਵਚਨ ਕੀਤਾ ਕਿ ਪਰ ਪਿੱਛੇ ਮੁੜ ਕੇ ਕਿਤੇ ਮਨ ਵਿੱਚ ਸ਼ੰਕਾ ਨਾ ਕਰੀ ਅਤੇ ਵੇਖੀ ਨਾ ਪਿੱਛੇ ਮੁੜ ਕੇ ਕਿ ਦਰਿਆ ਪਿੱਛੇ ਆ ਵੀ ਰਿਹਾ ਹੈ ਕਿ ਨਹੀਂ। ਜਦੋਂ ਇਹ ਵਚਨ ਭਾਈ ਮਰਦਾਨਾ ਜੀ ਨੂੰ ਕੀਤੇ ਤਾਂ ਭਾਈ ਮਰਦਾਨਾ ਜੀ ਸੱਤ ਵਚਨ ਕਰਕੇ ਪਹਾੜਾਂ ਦੇ ਵੱਲ ਚਲੇ ਗਏ। ਮਰਦਾਨਾ ਜੀ ਉੱਥੋਂ ਗੰਗਾ ਦਰਿਆ ਦੇ ਵਿੱਚ ਛੋਟੀ ਜੋੜ ਕੇ ਗੰਗਾ ਦਰਿਆ ਨੂੰ ਖਿੱਚਦੇ ਹੋਏ ਨਾਨਕ ਮੱਤਾ ਸਾਹਿਬ ਦੀ ਧਰਤੀ ਵੱਲ ਚਾਲੇ ਪਾ ਦਿੱਤੇ। ਜਦੋਂ ਨਾਨਕ ਮੱਤਾ ਸਾਹਿਬ ਤੋਂ ਤਕਰੀਬਨ ਅੱਧਾ ਕੁ ਕਿਲੋਮੀਟਰ ਪਿੱਛੇ ਰਹਿ ਗਏ ਤਾਂ ਭਾਈ ਮਰਦਾਨਾ ਜੀ ਦੇ ਮਨ ਵਿੱਚ ਵਿਚਾਰ ਬਣੀ ਕਿ ਪਿੱਛੇ ਮੁੜ ਕੇ ਵੇਖਾਂ ਤਾਂ ਸਹੀ ਦਰਿਆ ਆ ਵੀ ਰਿਹਾ ਹੈ ਕਿ ਨਹੀਂ। ਜਦੋਂ ਉਹਨਾਂ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਉਹ ਜਿਹੜਾ ਦਰਿਆ ਸੀ ਉਹ ਉੱਥੇ ਹੀ ਰੁਕ ਗਿਆ। ਭਾਈ ਮਰਦਾਨਾ ਜੀ ਹੁਣ ਫੌੜੀ ਨਾਲ ਹੋਰ ਨੂੰ ਖਿੱਚਣ ਦਾ ਯਤਨ ਕਰਨ ਪਰ ਹੁਣ ਦਰਿਆ ਹਿੱਲੇ ਨਾ। ਭਾਈ ਮਰਦਾਨਾ ਜੀ ਨੇ ਆ ਕੇ ਸਾਰਾ ਵਰਤਾਂਤ ਗੁਰੂ ਨਾਨਕ ਸਾਹਿਬ ਜੀ ਨੂੰ ਦੱਸਿਆ ਅਤੇ ਗੁਰੂ ਸਾਹਿਬ ਜੀ ਮੁਸਕਰਾ ਕੇ ਕਹਿੰਦੇ ਮਰਦਾਨਿਆਂ ਤੈਨੂੰ ਕਿਹਾ ਸੀ ਸ਼ੰਕਾ ਨਾ ਕਰੀ ਅਤੇ ਪਿੱਛੇ ਮੁੜ ਕੇ ਨਾ ਦੇਖੀ। ਗੁਰੂ ਨਾਨਕ ਸਾਹਿਬ ਦੇ ਕੋਲ ਸਿੱਧ ਪੁਰਖ ਉੱਥੇ ਮੌਜੂਦ ਸਨ। ਗੁਰੂ ਨਾਨਕ ਸਾਹਿਬ ਸਿੱਧ ਪੁਰਖਾਂ ਨੂੰ ਕਹਿਣ ਲੱਗੇ ਕਹਿੰਦੇ ਭਾਈ ਇੰਨੇ ਦੂਰੋਂ ਇੱਥੇ ਤੱਕ ਨਦੀ ਹੁਣ ਅਸੀਂ ਲੈ ਆਉਂਦੀ ਹੈ, ਅੱਗੇ ਹੁਣ ਤੁਸੀਂ ਆਪਣੀ ਸ਼ਕਤੀਆਂ ਨਾਲ ਲੈ ਆਵੋ। ਗੁਰੂ ਨਾਨਕ ਦਾ ਬਚਨ ਸੁਣ ਕੇ ਸਿੱਧ ਪੁਰਖਾਂ ਨੇ ਉਸ ਦਰਿਆ ਨੂੰ ਖਿੱਚਣ ਦਾ ਬੜਾ ਯਤਨ ਕੀਤਾ, ਬੜੀਆਂ ਸ਼ਕਤੀਆਂ ਵਰਤੀਆਂ ਪਰ ਉਹ ਦਰਿਆ ਉੱਥੋਂ ਅੱਗੇ ਨਹੀਂ ਆਇਆ। ਇਹ ਵੇਖ ਕੇ ਸਿੱਧ ਪੁਰਖਾਂ ਨੇ ਸੁਭਾਵਕ ਹੀ ਉਹਨਾਂ ਦੇ ਮਨ 'ਚੋਂ ਫਿਰ ਬਚਨ ਨਿਕਲੇ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ।